ਪੰਜਾਬ ਅਤੇ ਕੈਨੇਡਾ ਦਾ ਰਿਸ਼ਤਾ ਸਦੀਆਂ ਪੁਰਾਣਾ ਹੋ ਚੁੱਕਿਆ ਅਤੇ ਪੰਜਾਬੀ ਕੈਨੇਡਾ ਵਿੱਚ ਜਾ ਕੇ ਆਪਣੀ ਮਿਹਨਤ ਨਾਲ ਆਪਣਾ ਨਾਮ ਕਮਾ ਰਹੇ ਨੇ ਅਤੇ ਅੱਗੇ ਵੱਧ ਰਹੇ ਨੇ। ਕੈਨੇਡਾ ਅਤੇ ਪੰਜਾਬ ਦੇ ਸੰਬੰਧ ਇਸ ਵੇਲੇ ਇਸ ਤਰੀਕੇ ਨਾਲ ਸੰਜੋਏ ਜਾ ਚੁੱਕੇ ਨੇ ਕਿ ਦੋਵੇਂ ਪਾਸਿਓਂ ਵਪਾਰ ਦੀਆਂ ਗੱਲਾਂ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਕੈਨੇਡਾ ਦੇ ਮੰਤਰੀ ਪੰਜਾਬ ਆਉਂਦੇ ਨੇ ਅਤੇ ਪੰਜਾਬ ਦੇ ਮੰਤਰੀ ਕੈਨੇਡਾ ਜਾਂਦੇ ਨੇ ਤਾਂ ਜੋ ਵਪਾਰਕ ਰਿਸ਼ਤਿਆਂ ਵਿੱਚ ਹੋਰ ਵੀ ਸੁਧਾਰ ਹੋ ਸਕੇ। ਪਿਛਲੀ ਵਾਰੀ ਮਨੀਸ਼ ਤਿਵਾਰੀ ਸਾਹਿਬ ਆਏ ਸੀ, ਉਦੋਂ ਵੀ ਸਾਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਹੁਣ ਵੀ ਮੈਂ ਅਤੇ ਮੇਰਾ ਵੱਡੇ ਵੀਰ ਦੀਪਕ ਆਨੰਦ ਅਸੀਂ ਗੌਰਮੈਂਟ ਆਫ ਇੰਟਾਰੀਓ ਦੇ ਬਿਹਾਫ 'ਤੇ ਉਹਨਾਂ ਨੂੰ ਵੈਲਕਮ ਇੱਥੇ ਅੱਜ ਕੀਤਾ, ਕਿਉਂਕਿ ਸਾਡੀ ਗੌਰਮੈਂਟ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਦੋਵਾਂ ਕੰਟਰੀ ਦੇ ਵਿੱਚ ਰਿਲੇਸ਼ਨ ਆ ਜਿਹੜਾ ਇਹਨੂੰ ਹੋਰ ਸਟਰੋਂਗ ਬਣਾਇਆ ਜਾਵੇ। ਪਿੱਛੇ ਸਾਡੇ ਮਿਨਿਸਟਰ ਜਿਹੜੇ ਇਕਨੋਮਿਕ ਡਿਵੈਲਪਮੈਂਟ ਦੇ ਇੰਡੀਆ ਜਾ ਕੇ ਆਏ, ਉਹ ਕੰਟਰੀ ਨੂੰ ਇੰਡੀਆ ਅਤੇ ਜਿਹੜਾ ਆਪਣਾ ਕੈਨੇਡਾ ਦਾ ਰਿਲੇਸ਼ਨ ਆ ਬਹੁਤ ਸਟਰੋਂਗ ਆ, ਬੇਸਡ ਔਨ ਮਿਊਚੁਅਲ ਇੰਟਰਸਟ ਅਤੇ ਜਿਹੜੀ ਰਿਸਪੈਕਟ ਇੱਕ ਦੂਜੇ ਲਈ ਹੈਗੀ ਆ, ਅਤੇ ਸਾਡੀ ਗੌਰਮੈਂਟ ਦੀ ਕੋਸ਼ਿਸ਼ ਆ ਕਿ ਜਿਹੜੀਆਂ ਇਕਨੋਮਿਕ ਟਾਈਜ਼ ਆ, ਕਲਚਰਲ ਟਾਈਜ਼ ਆ, ਇਹਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਸੋ ਜਦੋਂ ਵੀ ਕੋਈ ਲੀਡਰ ਇੰਡੀਆ ਤੋਂ ਆਉਂਦੇ ਆ, ਮਨੀਸ਼ ਤਿਵਾਰੀ ਸਾਹਿਬ ਪਿਛਲੀ ਵਾਰ ਵੀ ਆਏ ਸੀ, ਸੋ ਸਾਡੀ ਕੋਸ਼ਿਸ਼ ਹੁੰਦੀ ਕਿ ਇਹਨਾਂ ਲੀਡਰਾਂ ਨਾਲ ਮਿਲ ਕੇ ਜਿਹੜੇ ਇੰਡੀਆ ਦੇ ਇਲੈਕਟਡ ਰੈਪ੍ਰਜੈਂਟੇਟਿਵ ਹੈਗੇ ਇਹਨਾਂ ਨਾਲ ਮਿਲ ਕੇ ਜਿਹੜਾ ਵਾ ਉਹ ਕੰਟਰੀ ਦੇ ਰਿਲੇਸ਼ਨ ਨੂੰ ਵਧੀਆ ਬਣਾਇਆ ਜਾਵੇ। ਅਤੇ ਇੱਕ ਆਪਣਾ ਡੈਲੀਗੇਸ਼ਨ ਜਾ ਰਿਹਾ ਆਪਣੇ ਓਨਟਾਰੀਓ ਗਵਰਨਮੈਂਟ ਕੰਨੀਓ ਇੰਡੀਆ ਲੈਵਲ 'ਤੇ ਤੁਸੀਂ ਜਾ ਰਹੇ ਹੋ, ਉਹਦੇ ਬਾਰੇ ਕੁਛ ਦੱਸੋ ਜੀ ਵਿਸਥਾਰਪੂਰਵਕ ਵੀ ਕਿਸ ਲਈ ਜਾ ਰਿਹਾ ਔਰ ਕੀ ਉਹਦਾ ਪਰਪਜ਼ ਰਹੇ। ਸਾਡੇ ਜਿਵੇਂ ਕਿ ਅਮਰਜੋਤ ਨੇ ਦੱਸਿਆ ਤੁਹਾਨੂੰ ਕਿ ਸਾਡੇ ਮਿਨਿਸਟਰ ਡੌਟ ਸਮਿਥ ਪਹਿਲਾਂ ਗਏ ਸੀਗੇ ਇੰਡੀਆ, ਉਹਨਾਂ ਨੇ ਇੱਕ ਕਹਿ ਲਓ ਇੱਕ ਛੋਟੀ ਜਿਹੀ ਇੱਕ ਰੱਖੀ ਸੀਗੀ ਪੇਮੈਂਟ, ਉਹ ਉਸ ਦੇ ਉੱਤੇ ਹੀ ਵੀ ਐਡਿੰਗ ਔਨ ਟੂ ਇਟ, ਅਤੇ ਫਿਰ ਸਾਡਾ ਡੈਲੀਗੇਸ਼ਨ ਜਾ ਰਿਹਾ, ਉਮੀਦ ਕਰਦੇ ਹਾਂ ਕਿ ਵੱਡਾ ਡੈਲੀਗੇਸ਼ਨ ਹੋਏਗਾ, ਚੰਗਾ ਡੈਲੀਗੇਸ਼ਨ ਹੋਏਗਾ ਜਿਹਦੇ 'ਚ ਸਾਡੇ ਮਿਨਿਸਟਰ ਆਫ ਇਕਨੋਮਿਕ ਡਿਵੈਲਪਮੈਂਟ ਵਿਕ ਫਿਡੈਲੀ ਜਾ ਰਹੇ ਨੇ ਔਰ ਇਸੇ ਕਰਕੇ ਜਾ ਰਹੇ ਹੈਗੇ ਹਾਂ ਕਿ ਅਸੀਂ ਉੱਥੇ ਜਾ ਕੇ ਓਨਟੇਰੀਓ ਜਿਹੜੀ ਖਾਸੀਅਤ ਹੈ ਉਹਨਾਂ ਨੂੰ ਦੱਸ ਸਕੀਏ, ਉੱਥੇ ਦੀ ਖਾਸੀਅਤ ਹੈ ਉਹ ਉੱਥੋਂ ਲਿਆ ਕੇ ਇੱਥੇ ਵਾਲਿਆਂ ਨੂੰ ਵੀ ਦੱਸ ਸਕੀਏ ਅਤੇ ਜਿਹੜੇ ਇੱਥੋਂ ਜਾ ਰਹੇ ਨੇ ਉਹਨਾਂ ਨੂੰ ਵੀ ਦਿਖਾ ਸਕੀਏ। ਸੋ ਇਟਸ ਅ ਟੂ ਵੇ ਪ੍ਰੋਸੈਸ, ਅਸੀਂ ਇੱਥੋਂ ਦਿੱਲੀ ਲੈਂਡ ਕਰਨਾ ਹੈਗਾ, ਦਿੱਲੀ ਦੇ ਵਿੱਚ ਇੱਕ ਇਵੈਂਟ ਹੈਗਾ, ਉਸ ਤੋਂ ਬਾਅਦ ਕੁਛ ਮੀਟਿੰਗਸ ਦਿੱਲੀ 'ਚ ਨੇ, ਕੁਛ MOU ਸਾਈਨ ਕਰਨੇ ਨੇ ਕੰਪਨੀਜ਼ ਨਾਲ ਜਿਹੜੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੰਡੀਆ ਤੋਂ ਇੱਥੇ ਆ ਕੇ ਕੰਪਨੀਜ਼ ਪਰ ਮੈਨੂਫੈਕਚਰਿੰਗ ਕਰਨ, ਅੱਗੇ ਵਧਣ ਅਤੇ ਨਾਂ ਉੱਚਾ ਕਰਨ ਆਪਣਾ ਔਰ ਇੱਕ ਇਕਨੋਮਿਕ ਬੈਨੀਫਿਟ ਲੈਣ। ਬਿਲਕੁਲ ਜੀ ਬਿਲਕੁਲ, ਖਾਲੀ ਰਿਲੇਸ਼ਨਸ਼ਿਪ ਨਹੀਂ ਜੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੀਨਿੰਗਫੁੱਲ ਇਹਦੇ 'ਚ ਬਿਜ਼ਨਸ ਇੱਕ ਦੂਜੇ ਦਾ ਵਧੇ, ਰੈਵਨਿਊ ਵਧੇ ਔਰ ਤਰੱਕੀ ਹੋਵੇ। ਅਮਰੀਕਾ ਤੋਂ ਬਾਅਦ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੁਣੇ ਗਏ ਸਾਂਸਦ ਮਨੀਸ਼ ਤਿਵਾੜੀ ਪਹੁੰਚੇ। ਕੈਨੇਡਾ ਵਿੱਚ ਮਨੀਸ਼ ਤਿਵਾੜੀ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸੇ ਦੂਜੇ ਮੁਲਕ ਦੀ ਸਿਆਸਤ ਵਿੱਚ ਨਹੀਂ ਸੀ ਬੋਲਣਾ ਚਾਹੀਦਾ, ਇਸ ਦੇ ਸਿੱਟੇ ਗੰਭੀਰ ਨਿਕਲ ਸਕਦੇ ਨੇ। ਮਨੀਸ਼ ਜੀ, ਜਿਹੜੀ ਆਪਣੀ US ਫੇਰੀ ਸੀ ਅਤੇ ਕੈਨੇਡਾ ਫੇਰੀ ਸੀ, ਇਹਦਾ ਖਾਸ ਮਕਸਦ ਕੀ ਸੀ? ਦੇਖੋ, ਇਹਦਾ ਮਕਸਦ ਇਹ ਸੀ ਕਿ ਵਾਸ਼ਿੰਗਟਨ ਦੇ ਵਿੱਚ ਇਹ ਕਾਨਫਰੰਸ ਸੀ, ਜਿਹੜੇ US ਦੇ ਕਾਂਗਰਸਮੈਨ ਨੇ ਔਰ ਸੈਨੇਟਰਸ ਨੇ ਉਹਨਾਂ ਦੀ ਹਿੰਦੁਸਤਾਨ ਦੇ ਮੈਂਬਰਸ ਆਫ ਪਾਰਲੀਮੈਂਟ ਨਾਲ ਹੋਰ ਜਿਹੜੇ ਲੋਕ ਵੱਖ ਵੱਖ ਵਿਸ਼ਿਆਂ ਦੇ ਵਿੱਚ ਦਿਲਚਸਪੀ ਰੱਖਦੇ ਨੇ ਉਹਨਾਂ ਨਾਲ ਇੱਕ ਕਾਨਫਰੰਸ ਸੀਗੀ, ਅਤੇ ਅੱਜ ਨੌਰਥ ਅਮੈਰੀਕਾ ਆਉਣ ਦਾ ਮੁੱਖ ਮਕਸਦ ਇਹ ਸੀ। ਉਹਦੇ ਨਾਲ ਨਾਲ ਸਾਡੇ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਨੇ ਨਿਊ ਜਰਸੀ ਦੇ ਵਿੱਚ ਇੱਕ ਮੀਟਿੰਗ ਰੱਖੀ ਸੀਗੀ, ਫਿਰ ਅੱਜ ਟੋਰੋਂਟੋ ਦੇ ਵਿੱਚ ਸਾਡੇ ਵੀਰ ਰਮਨਪ੍ਰੀਤ ਔਲਖ ਜਿਹੜੇ ਪ੍ਰਧਾਨ ਨੇ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ, ਉਹਨਾਂ ਨੇ ਮੀਟਿੰਗ ਰੱਖੀ ਸੀ, ਤੋ ਇਹ ਮਕਸਦ ਸੀ ਹੁਣ ਦਾ। ਮਨੀਸ਼ ਜੀ, ਜਿਵੇਂ US ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਫੇਰੀ ਸੀਗੀ, ਉਹਦੇ ਵਿੱਚ ਜੀ ਜ਼ਿਆਦਾ ਉੱਥੇ 370 ਆਰਟੀਕਲ ਨੂੰ ਲੈ ਕੇ ਹੁਣ ਇੰਨੇ ਦਿਨ ਹੋ ਗਏ, ਲਗਭਗ 2 ਮਹੀਨੇ ਦੇ ਕਰੀਬ ਹੋਣ ਵਾਲਾ, ਉੱਥੇ ਲੋਕ ਬੰਧਕ ਬਣਾਏ ਹੋਏ ਨੇ ਅਤੇ ਉਹਦੇ ਬਾਰੇ ਅਲੱਗ ਅਲੱਗ ਆਵਾਜ਼ਾਂ ਉੱਠ ਰਹੀਆਂ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ, ਪਾਕਿਸਤਾਨ ਵੀ ਇਹਦੇ 'ਚ ਇੰਟਰਫੇਰੈਂਸ ਕਰ ਰਿਹਾ, ਦੂਜਾ ਵੀ ਕਰ ਰਿਹਾ, ਜਦਕਿ ਇਹ ਭਾਰਤ ਦਾ ਆਪਣਾ ਮਸਲਾ। ਇਹਦੇ ਬਾਰੇ ਤੁਸੀਂ ਕੀ ਵਿਚਾਰ ਕਹਿੰਦੇ ਹੋ, ਵੀ ਇਹ ਹੋਣਾ ਚਾਹੀਦਾ ਸੀ ਜਾਂ ਗਲਤ ਆ ਜਾਂ ਸਹੀ? ਦੇਖੋ, ਜੰਮੂ ਕਸ਼ਮੀਰ
ਸੂਬੇ ਨੂੰ ਜਿਹੜਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਤਬਦੀਲ ਕੀਤਾ ਗਿਆ, ਕਾਂਗਰਸ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਔਰ ਪਾਰਲੀਮੈਂਟ ਤੋਂ ਬਾਹਰ ਉਹਦਾ ਵਿਰੋਧ ਕੀਤਾ। ਹੁਣ ਉਹ ਮਾਮਲਾ ਹਿੰਦੁਸਤਾਨ ਦੀ ਸਭ ਤੋਂ ਉੱਚ ਉਪਲੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਉਸ 'ਤੇ ਫੈਸਲਾ ਕਰੇਗੀ। ਇਹਦੇ 'ਚ ਨਾ ਪਾਕਿਸਤਾਨ ਦਾ ਨਾ ਕਿਸੇ ਹੋਰ ਮੁਲਕ ਦਾ ਕੋਈ ਰੋਲ ਹੈ, ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਔਰ ਇਸ ਦੇ ਉੱਪਰ ਜੋ ਵੀ ਫੈਸਲਾ ਹੋਊਗਾ ਉਹ ਹਿੰਦੁਸਤਾਨ ਦੀ ਜਿਹੜੀਆਂ ਸੰਸਥਾਵਾਂ ਨੇ ਉਹ ਕਰਨਗੀਆਂ ਔਰ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਰਾਜਨੀਤਿਕ ਦਲ ਨੇ ਉਹ ਆਪਣੇ ਤਰੀਕੇ ਨਾਲ ਇਹਦੇ ਬਾਰੇ ਜੋ ਉਹਨਾਂ ਦੇ ਵਿਚਾਰ ਨੇ ਉਹ ਲੋਕਾਂ ਦੇ ਮੂਹਰੇ ਰੱਖਣ। ਮੇਰੀ ਜੀ ਇੱਕ ਫਸਟ ਟਾਈਮ ਦੇਖਿਆ ਗਿਆ ਵੀ ਇੱਕ ਦੇਸ਼ ਦੇ ਪ੍ਰਾਈਮ ਮਿਨਿਸਟਰ ਰੀਪ੍ਰਜੈਂਟ ਕਰਦੇ ਨੇ ਉਹ, ਅਤੇ ਉਹ ਪਹਿਲੀ ਵਾਰੀ ਇੱਥੇ ਆਉਂਦੇ ਨੇ, ਉਹਨਾਂ ਨੇ ਨਾਰਾ ਲਾਇਆ ਜੀ ਜਿਵੇਂ ਅਬ ਕੀ ਵਾਰ ਮੋਦੀ ਸਰਕਾਰ, ਉਹ ਕਹਿੰਦੇ ਅਬ ਕੀ ਵਾਰ ਟਰੰਪ ਸਰਕਾਰ। ਇਹਨੂੰ ਤੁਸੀਂ ਕਿੱਥੇ ਤੱਕ ਜਾਇਜ਼ ਮੰਨਦੇ ਵੀ ਉਹ ਇੱਕ ਓਫੀਸ਼ੀਅਲ ਫੇਰੀ 'ਤੇ ਸੀ ਚਾਹੇ ਉਹ ਪ੍ਰਾਈਵੇਟ ਫੇਰੀ 'ਤੇ ਵੀ ਹੋਣ, ਇਹਦੇ ਬਾਰੇ ਤੁਸੀਂ ਆਪਣੇ ਵਿਚਾਰ? ਦੇਖੋ, ਹਿੰਦੁਸਤਾਨ ਦੀ ਕੂਟਨੀਤੀ ਦੀ ਇੱਕ ਪਰੰਪਰਾ ਰਹੀ ਹੈ ਕਿ ਅਸੀਂ ਵਿਦੇਸ਼ੀ ਮੁਲਕਾਂ ਦੇ ਜਿਹੜੇ ਪੋਲੀਟੀਕਲ ਪ੍ਰੋਸੈਸਿਸ ਨੇ, ਉਹਨਾਂ ਦੇ ਜਿਹੜੀ ਰਾਜਨੀਤਿਕ ਪ੍ਰਕਿਰਿਆ ਹੈ, ਉਹਦੇ 'ਚ ਅਸੀਂ ਦਖਲ ਅੰਦਾਜ਼ੀ ਨਹੀਂ ਕਰਦੇ। ਹੁਣ ਅਸੀਂ ਵੀ ਕੈਨੇਡਾ ਆਏ ਹੋਏ ਹਾਂ, ਕੈਨੇਡਾ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ, ਸਾਡੇ ਵੀ ਬੜੇ ਮਿੱਤਰ ਚੋਣਾਂ ਲੜ ਰਹੇ ਨੇ, ਪਰ ਅਸੀਂ ਉਹਨਾਂ ਵਾਸਤੇ ਕੋਈ ਪ੍ਰਚਾਰ ਨਹੀਂ ਕਰ ਰਹੇ ਹੈਗੇ। ਅਤੇ ਇਸ ਚੀਜ਼ ਦਾ ਇੱਕ ਬਹੁਤ ਹੀ ਗਲਤ ਪ੍ਰਭਾਵ ਹਿੰਦੁਸਤਾਨ ਦੀ ਕੂਟਨੀਤੀ 'ਤੇ ਪਊਗਾ, ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦਿਨ ਹਿਊਸਟਨ ਦੇ ਵਿੱਚ ਜਿਹੜੀ ਗੱਲ ਕਹੀ ਹੈ। ਕੈਨੇਡਾ ਵਿੱਚ ਕਾਂਗਰਸ ਪਾਰਟੀ ਦੇ ਓਵਰਸੀਜ਼ ਵਿੰਗ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਅਤੇ ਕੈਨੇਡਾ ਦੇ ਹਾਲਾਤ ਹੋਰ ਜਲਦ ਸੁਧਰਨਗੇ, ਦੋਵਾਂ ਵਿੱਚ ਕੰਮ ਦਾ ਵਾਧਾ ਹੋਵੇਗਾ। ਸਾਥੀ ਇੱਥੇ ਵਸਦੇ ਨੇ, ਆ ਕੇ ਮਿਹਨਤ ਕਰਦੇ, ਉਹਨਾਂ ਨਾਲ ਰਿਲੇਸ਼ਨਸ਼ਿਪ ਸਾਡਾ ਕਾਇਮ ਰਹੇ, ਇਹਨਾਂ ਦੀ ਕੋਈ ਪ੍ਰੋਬਲਮਸ ਨੇ ਸਾਡੇ ਪੰਜਾਬ ਨਾਲ ਸੰਬੰਧਿਤ ਨੇ, ਉਹਨਾਂ ਦੇ ਵਿੱਚ ਜੋ ਅਸੀਂ ਮਦਦ ਕਰ ਸਕੀਏ ਅਸੀਂ ਉਹਨਾਂ ਦੇ ਲਈ ਹਾਜ਼ਰ ਹਾਂ। ਬਾਕੀ ਬਿਜ਼ਨਸ ਰਿਲੇਸ਼ਨਸ਼ਿਪ ਵਧਾਵਾ ਹੋਵੇ ਸਾਡੇ ਹਲਕੇ ਦੇ ਵਿੱਚ, ਜਿਵੇਂ ਕੰਢੀ ਦਾ ਏਰੀਆ ਡਿਵੈਲਪਮੈਂਟ ਬੋਰਡ ਬਣਾਇਆ ਤਿਵਾੜੀ ਸਾਹਿਬ ਨੇ, ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਉੱਥੇ ਸਾਡੇ ਇੰਡਸਟਰੀ ਵੀ ਆਵੇ, ਬਿਜ਼ਨਸ ਰਿਲੇਸ਼ਨਸ਼ਿਪ ਵੀ ਵਧਣੀ ਚਾਹੀਦੀ ਹੈ ਅਤੇ ਜਾਤੀ ਤੌਰ 'ਤੇ ਆਪਸ ਰਿਲੇਸ਼ਨ ਵੀ ਵਧਣ। ਇਹਦੇ ਕਰਕੇ ਅਸੀਂ ਲੋਕਾਂ ਨੂੰ, ਆਪਣੇ ਸਾਥੀਆਂ ਨੂੰ, ਪੰਜਾਬੀਆਂ ਨੂੰ ਮਿਲਣ ਲਈ, ਅਸੀਂ ਇੱਦਾਂ ਹੀ ਅਮਰੀਕਾ ਦੇ ਵਿੱਚ ਮਿਲੇ ਹਾਂ, ਇੱਦਾਂ ਕੈਨੇਡਾ ਦੇ ਵਿੱਚ। ਸੋ ਜਿਵੇਂ ਤੁਸੀਂ ਦੇਖਿਆ ਵੀ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ, ਉਹਨਾਂ ਦੀ ਕੈਨੇਡਾ ਫੇਰੀ, ਪਹਿਲਾਂ US ਫੇਰੀ ਸੀ, ਹੁਣ ਕੈਨੇਡਾ ਫੇਰੀ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮੁੱਖ ਤੌਰ 'ਤੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਜੋ ਗੱਲਾਂ ਕਹੀਆਂ, ਜਿਹਦੇ ਵਿੱਚ ਮੁੱਖ ਤੌਰ 'ਤੇ ਧਾਰਾ 370 ਆਰਟੀਕਲ ਦੇ ਉਹਨਾਂ ਨੇ ਕਿਹਾ, ਜਾਂ ਉਹਨਾਂ ਨੇ ਇੱਕ ਸਰਕਾਰ ਅਤੇ ਇੱਕ ਟਰੰਪ ਦੇ ਸਰਕਾਰ ਦੇ ਮੋਦੀ ਦਾ ਨਾਅਰੇ ਨੂੰ ਕਿਤੇ ਨਾ ਕਿਤੇ ਸ਼ੇਮਲੈਸ ਦੱਸਿਆ ਵੀ ਇੱਕ ਉਹਨਾਂ ਨੇ ਨਵੀਂ ਪਹਿਲ ਪਾਈ ਹੈ। ਸੋ ਇਹ ਤਾਂ ਅੱਗੇ ਦੇਖੇ ਵੀ ਹੁੰਦਾ ਕਿਹਾ। ਸੋ ਕੈਮਰਾਮੈਨ ਭਵਿਸ਼ਪਾਲ ਸਿੰਘ ਬੈਂਸ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ, ਟੋਰਾਂਟੋ, ਕੈਨੇਡਾ।